ਜਿਵੇਂ ਆਪਾਂ ਤੁਹਾਨੂੰ ਰਾਤੀ ਪਹਿਲੀ ਇੱਕ ਵੀਡੀਓ ਦਿਖਾਇਆ ਕਿ ਆਪਾਂ ਇਸ ਤਰ੍ਹਾਂ ਵੈਨਕੂਵਰ ਕੰਮ ਲਈ, ਉਹ ਕੰਮ ਸੀ ਬਾਪੂ ਜੀ ਦਾ US ਵੀਜ਼ਾ ਅਪੁਆਇੰਟਮੈਂਟ। ਅਤੇ ਬਾਪੂ ਜੀ ਦੱਸੋ ਵੀਜ਼ੇ ਦਾ ਕੀ ਬਣਿਆ? ਵੀਜ਼ਾ ਲੱਗ ਗਿਆ ਹੁਣ, ਅਮਰੀਕਾ ਦਾ ਵੀਜ਼ਾ ਲੱਗ ਗਿਆ। ਹਾਂ, ਬਾਪੂ ਜੀ ਦਾ ਲੱਗ ਗਿਆ ਵੀਜ਼ਾ ਅਮਰੀਕਾ ਦਾ। ਸੋ ਬਾਪੂ ਜੀ ਨੂੰ ਪਹਿਲਾਂ ਤਾਂ ਸਲਾਹ ਸੀ ਵਾਪਸੀ ਉੱਥੇ ਟੋਰਾਂਟੋ ਦੀ, ਹੁਣ ਇੱਥੋਂ ਹੀ ਭੇਜ ਦੇਣਾ ਹੈ ਨਾ ਬਾਪੂ ਜੀ? ਇੱਥੋਂ ਅਮਰੀਕਾ ਜਾ ਵੜਨਾ, ਇੱਥੋਂ ਅਮਰੀਕਾ ਜਾ ਵੜਨਾ। ਅਤੇ ਬਹੁਤ ਹੀ ਸੋਹਣਾ ਵਾ ਵੈਨਕੂਵਰ, ਪਹਾੜੀਆਂ ਨੇ। ਬਾਪੂ ਜੀ ਕਿੱਦਾਂ ਲੱਗਾ ਤੁਹਾਨੂੰ ਇੱਥੇ? ਬਹੁਤ ਸੋਹਣਾ ਲੱਗਾ ਵੀ ਪਾਣੀ ਜਹਾਜ਼ ਉੱਤਰਦੇ ਚੜ੍ਹਦੇ ਆ, ਅਤੇ ਕਿਧਰੇ ਪਹਾੜ ਦੀਦੇ ਆ, ਬੜੇ ਬੜੇ ਦੀਦੇ ਆ, ਜਹਾਜ਼ ਬੜੇ ਬੜੇ ਵਿੱਚ ਤੁਰੇ ਫਿਰਦੇ ਆ। ਹਾਂਜੀ, ਸੋਹਣਾ ਬਹੁਤ ਆ ਵੈਨਕੂਵਰ, ਸਰੀ ਵੀ ਠੀਕ ਆ, ਬ੍ਰੈਂਪਟਨ ਪਰ ਆਪਣਾ ਦੇਖਣ ਨੂੰ ਸਾਫ਼ ਸੁਥਰਾ ਲੱਗਦਾ। ਇੱਥੇ ਨਾ ਮੀਂਹ ਪੈਂਦਾ ਕਰਕੇ ਬੂਟੀ ਬੜੀ ਹੋਈ ਸੜਕਾਂ 'ਤੇ, ਉਹ ਥੋੜ੍ਹਾ ਹੋਰ ਤਰ੍ਹਾਂ ਲੱਗਦਾ। ਅਤੇ ਬਾਕੀ ਤੁਹਾਨੂੰ ਇੱਥੇ ਦਿਖਾਉਣੇ ਬਾਸੇ ਦਾ ਵਿਊ। ਬਾਪੂ ਜੀ ਦੱਸੋ ਕੋਈ ਕਿੱਦਾਂ ਦੇ ਲੱਗ ਰਿਹਾ ਸਭ ਕੁਛ? ਬਿਲਡਿੰਗ ਲੱਗ ਰਿਹਾ ਬਹੁਤ ਵਧੀਆ। ਉਹ ਉੱਥੇ ਲੈ ਚਲੀਏ ਪਹਾੜਾਂ ਤੁਹਾਨੂੰ? ਨਹੀਂ, ਪਹਾੜਾਂ ਦੇ ਜਾਇਆ ਜਾਣਾ ਹੁਣ, ਫਿਰ ਬਰੀਕਾ ਜਾਵਾਂਗੇ ਪਹਾੜਾਂ, ਪਹਾੜਾਂ ਦੇ ਉੱਤੇ ਕੀ ਚੜ੍ਹਨਾ ਹੁਣ, ਸੱਟ ਲਵਾਵਾਂਗੇ ਕਿਤੇ। ਹਾਂਜੀ, ਘੁੰਮਣ ਵਾਲੀਆਂ ਥਾਵਾਂ ਤਾਂ ਉੱਦਾਂ ਬਹੁਤ ਆ ਇੱਥੇ, ਪਰ ਬਾਪੂ ਜੀ ਤੁਰਨ ਦਾ ਕਰਕੇ ਥੋੜ੍ਹਾ ਜਿਹਾ, ਤਾਂ ਕਰਕੇ ਆਪਾਂ ਹੁਣ ਦੇਖਦੇ ਹਾਂ ਸਕਾਈ ਟ੍ਰੇਨ ਲੈ ਕੇ ਨਾਲੇ, ਅਤੇ ਉਹ ਵਹਿੰਦੇ ਜਾਂਦੇ ਹਾਂ ਰਸਤੇ 'ਚ, ਨਾਲੇ ਆਪਾਂ ਘਰ ਨੂੰ ਚੱਲਦੇ ਹਾਂ ਨਾ। ਸੋ ਕੱਲ੍ਹ ਨੂੰ ਇੱਕ ਨਵੀਂ ਜਗ੍ਹਾ ਜਾਵਾਂਗੇ, ਉਹ ਵੀ ਕੱਲ੍ਹ ਹੀ ਦੱਸਾਂਗੇ ਬਾਪੂ ਜੀ ਵੀਡੀਓ 'ਚ। ਅਤੇ ਬਹੁਤ ਸੋਹਣਾ ਕਰਾਂ ਵੀ, ਦੇਖਣ ਵਾਲਾ ਇੱਕ ਕਰਾਂ। ਚੱਲੀਏ ਬਾਪੂ ਜੀ ਫਿਰ? ਚਲੋ ਫਿਰ। ਬਸ ਹਾਂ, ਦੋਵੇਂ ਪੈਰ ਜੋੜ ਕੇ